ਪੰਜਾਬ ਅੰਦਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਸੁਨੀਲ ਜਾਖੜ ਦੀ ਅਗਵਾਈ 'ਚ ਕਾਂਗਰਸ ਦੇ ਵਫਦ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ। ਕਾਂਗਰਸ ਨੇ ਰਾਜਪਾਲ ਨੂੰ ਦਿੱਤੇ ਮੈਮੋਰੈਂਡਮ 'ਚ ਪੰਜਾਬ ਦੇ ਡੀਜੀਪੀ ਦੇ ਬਿਆਨ ਦਾ ਕੀਤਾ ਜ਼ਿਕਰ। ਕਿਹਾ ਡੀਜੀਪੀ ਨੇ ਖੁਦ ਮੰਨਿਆ ਕਿ ਪੰਜਾਬ 'ਚ ਕੰਮ ਕਰ ਰਹੇ ਨੇ ਕਈ ਗੈਂਗ। 27 ਮਈ ਨੂੰ ਲੁਧਿਆਣਾ 'ਚ ਰੋਸ ਮਾਰਚ ਕਰਨ ਦਾ ਵੀ ਕੀਤਾ ਐਲਾਨ। ਕੱਲ੍ਹ ਨੂੰ ਪੰਜਾਬ ਜਾਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੰਤ ਢੱਡਰੀਆਵਾਲਾ ਕਰਨਗੇ ਮੁਲਾਕਾਤ। ਸ਼ਾਮ ਨੂੰ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਕਰਨਗੇ ਬੈਠਕ। ਸੰਤ ਰਣਜੀਤ ਸਿੰਘ ਢੱਡਰੀਆਵਾਲਾ ਤੇ ਹਮਲੇ ਦੇ ਮਾਮਲੇ 6 ਹੋਰ ਗ੍ਰਿਫਤਾਰੀਆਂ। ਜਲੰਧਰ ਤੋਂ ਹੋਈਆਂ ਗ੍ਰਿਫਤਾਰੀਆਂ, ਹੁਣ ਤੱਕ ਕੁੱਲ 14 ਮੁਲਜ਼ਮ ਗ੍ਰਿਫਤਾਰ। ਫਰੀਦਕੋਟ ਦੇ ਬੁਰਜ ਜਵਾਹਰ ਸਿੰਘ ਵਾਲਾ 'ਚ ਹੋਈ ਬੇਅਦਬੀ ਦੇ ਮਾਮਲੇ 'ਚ ਸੀਬੀਆਈ ਵੱਲੋਂ ਇਨਾਮ ਦਾ ਐਲਾਨ। ਸੀਬੀਆਈ ਵੱਲੋਂ ਮੁਲਜ਼ਮ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਦਾ ਦਿੱਤਾ ਜਾਵੇਗਾ ਨਕਦ ਇਨਾਮ। ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਪੰਜਾਬ ਤੇ ਹਰਿਆਣਾ 'ਚ ਰਾਜ ਸਭਾ ਸੀਟਾਂ ਦੇ ਲਈ ਜਾਰੀ ਹੋਇਆ ਨੋਟੀਫਿਕੇਸ਼ਨ। 31 ਮਈ ਤੱਕ ਭਰੇ ਜਾ ਸਕਣਗੇ ਨਾਮਜ਼ਦਗੀ ਪੱਤਰ। 1 ਜੂਨ ਤੱਕ ਹੋਵੇਗੀ ਨਾਮਜ਼ਦਗੀ ਪੱਤਰਾਂ ਦੀ ਜਾਂਚ। ਲੋੜ ਪੈਣ ਤੇ 11 ਜੂਨ ਨੂੰ ਹੋਵੇਗੀ ਵੋਟਿੰਗ। ਹਰਿਆਣਾ 'ਚ ਗਰਮਾਈ ਸਿਆਸਤ। ਵਿਰੋਧੀ ਪਾਰਟੀ ਨੇ ਕਿਹਾ ਹਰਿਆਣਾ ਤੋਂ ਬਾਹਰ ਦਾ ਹੋਵੇਗਾ ਉਮੀਦਵਾਰ ਤਾਂ ਨਹੀਂ ਕੀਤਾ ਜਾਏਗਾ ਬਰਦਾਸ਼ਤ। ਚੰਡੀਗੜ੍ਹ ਏਅਰਪੋਰਟ ਤੋਂ ਕੌਮਾਂਤਰੀ ਉਡਾਣਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਹੋਇਆ ਸਖ਼ਤ। ਕੇਂਦਰੀ ਹਵਾਵਾਸੀ 71 ਅਤੇ ਏਅਰਪੋਰਟ ਅਥਾਰਟੀ ਦੇ 71 ਨੂੰ 30 ਮਈ ਤੱਕ ਹਾਈਕੋਰਟ ਵਿੱਚ ਪੇਸ਼ ਹੋਣ ਦੇ ਦਿੱਤੇ ਹੁਕਮ। ਮਾਨਸਾ 'ਚ ਜੀ ਪੰਜਾਬ ਹਰਿਆਣਾ ਹਿਮਾਚਲ ਚੈਨਲ ਦੇ ਹੱਕ ਵਿੱਚ ਹਜ਼ਾਰਾਂ ਕਿਸਾਨਾਂ ਨੇ ਦਿੱਤਾ ਧਰਨਾ। ਡੀਸੀ ਦਫ਼ਤਰ ਦੇ ਬਾਹਰ ਦਿੱਤਾ ਗਿਆ ਧਰਨਾ। ਚੈਨਲ ਨੂੰ ਕੇਬਲ ਨੈਟਵਰਕ ਤੇ ਬਲੈਕਆਊਟ ਕੀਤੇ ਜਾਣ ਖਿਲਾਫ਼ ਕੀਤੀ ਨਾਅਰੇਬਾਜ਼ੀ। ਸਰਕਾਰ ਤੋਂ ਕੀਤੀ ਮੰਗ, ਕੇਬਲ ਤੇ ਚਲਾਇਆ ਜਾਵੇ ਚੈਨਲ, ਨਹੀਂ ਤਾਂ ਸੰਘਰਸ਼ ਕਰਨ ਨੂੰ ਹੋਵੇਗੇ ਮਜਬੂਰ। 13 ਹੋਰ ਸ਼ਹਿਰ ਬਣਨਗੇ ਸਮਾਰਟ ਸਿਟੀ। ਫਾਸਟ ਟਰੈਕ ਕੰਪੀਟੀਸ਼ਨ ਦੇ ਜ਼ਰੀਏ ਤੈਅ ਕੀਤੇ ਗਏ 13 ਸ਼ਹਿਰਾਂ ਦੇ ਨਾਮ। ਚੰਡੀਗੜ੍ਹ, ਧਰਮਸ਼ਾਲਾ ਤੇ ਫਰੀਦਾਬਾਦ ਦੇ ਨਾਂ ਵੀ ਸ਼ਾਮਲ। ਇਸ ਤੋਂ ਇਲਾਵਾ ਸ਼ਿਮਲਾ, ਜੰਮੂ ਅਤੇ ਸ੍ਰੀਨਗਰ ਸਣੇ 7 ਹੋਰ ਸ਼ਹਿਰਾਂ ਨੂੰ ਭਵਿੱਖ ਵਿੱਚ ਸ਼ਾਮਲ ਕਰਨ ਲਈ ਦਿੱਤਾ ਗਿਆ ਮੌਕਾ। ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ। ਕੁੜੀਆਂ ਨੇ ਫਿਰ ਮਾਰੀ ਬਾਜ਼ੀ, ਪਹਿਲੀ ਤੇ ਦੂਜੀ ਥਾਂ ਤੇ ਕੀਤਾ ਕਬਜ਼ਾ। ਖਡੂਰ ਸਾਹਿਬ ਦੀ ਸਿਮਰਦੀਪ ਕੌਰ ਨੇ ਹਾਸਲ ਕੀਤੇ 99% ਅੰਕ।